ਇੱਕ ਭਾਈ ਮੋਚੀ ਸੀਗਾ, ਉਹਦਾ ਕੰਮ ਕਰਦਾ ਹੁੰਦਾ ਚੰਮ ਦਾ, ਰਮਦਾਸ ਹੀ ਲਾ ਲਾ ਮੋਚੀ ਕਹਿੰਦੇ ਉਹਨੂੰ। ਅਤੇ ਉਹਦੇ ਕੋਲ ਕੋਈ ਪੰਡਿਤ ਆ ਗਿਆ ਫਿਰਦਾ ਤੁਰਦਾ, ਘਰਦਾਰ ਹੈ ਨਹੀਂ ਤੀ ਉਹਦੇ। ਉਹ ਕਹਿੰਦਾ ਵੀ ਮੈਨੂੰ ਪੋਗੇ ਕੱਢ ਕੇ ਦੇ ਦੇ ਲੱਕੜ ਦੇ, ਤੂੰ ਮੋਚੀ ਦਾ ਕੰਮ ਕਰਦਾ। ਕਹਿੰਦਾ ਬਾਬਾ ਕੱਲ੍ਹ ਨੂੰ ਆ ਜੀ। ਉਹ ਫਿਰ ਕੱਲ੍ਹ ਨੂੰ ਆ ਗਿਆ। ਕਹਿੰਦਾ ਬਾਬਾ ਕੱਲ੍ਹ ਨੂੰ ਆ ਜੀ। ਉਹ ਫਿਰ ਆ ਜਾਏਗਾ। ਉਹਨੂੰ ਗੱਲ ਮੁੱਕਦੀ ਕਰ 6 ਮਹੀਨੇ ਤੋਰੀ ਫਿਰਦਾ ਰਿਹਾ, ਕੱਲ੍ਹ ਨੂੰ ਆ ਜੀ ਬਾਬਾ ਕੱਲ੍ਹ ਨੂੰ ਆ ਜੀ 6 ਮਹੀਨੇ ਪਿੱਛੋਂ ਭਾਈ। ਉਹ ਕਹਿੰਦਾ ਕਹਿੰਦਾ ਉਹ ਭਾਈ ਜੇ ਤੇਰਾ 10 ਮਿੰਟਾਂ ਦਾ ਕੰਮ ਹੈ ਵੀ ਤੂੰ ਕੱਢ ਦਿੰਦਾ। ਕਹਿੰਦਾ ਬਾਬਾ ਕੱਲ੍ਹ ਨੂੰ ਆ ਜੀ। ਅਤੇ ਕੱਲ੍ਹ ਨੂੰ ਫਿਰ ਆ ਗਿਆ। ਕਿਉਂ ਭਾਵੇਂ ਉਹ ਵਿਹਲੇ ਤੀ, ਉਹਨੇ ਕੀ ਕਰਨਾ ਤੀਗਾ। ਉਹ ਕਹਿੰਦਾ ਬਾਬਾ, ਕਹਿੰਦਾ ਹਾਂ, ਕਹਿੰਦਾ ਹੁਣ ਪਊਆਂ ਦੀ ਕੀ ਲੋੜ ਹੈ। ਕਹਿੰਦਾ ਕਿਉਂ? ਕਹਿੰਦਾ ਰੋਜ਼ ਆਉਣਾ ਤੂੰ 3 ਮੀਲ ਵਾਟ ਮੇਰੇ ਕੋਲ, ਰੋਜ਼ ਮੁੜਦੇ ਪੂਏ ਤਾਂ ਪੈਰਾਂ ਦੀ ਬਣ ਗਏ ਉਹਨੂੰ ਦੇਣੇ ਚਿੱਤ ਤਾਂ, ਹੁਣ ਪਊਆਂ ਦੀ ਕੀ ਲੋੜ ਹੈ। ਕਹਿੰਦਾ 6 ਮਹੀਨੇ ਦਾ ਰੋਜ਼ ਤੁਰੀ ਫਿਰਦੇ ਨੂੰ ਮੈਨੂੰ। ਉਹ ਕਹਿੰਦਾ ਓਏ ਭਲਿਆ ਮਾਨਸਾ, ਮੈਂ ਤੇਰੇ ਕੋਲ ਰੋਜ਼ ਆਉਣਾ, ਤੂੰ ਮੈਨੂੰ ਉੱਦੇ ਦੀ ਜਵਾਬ ਦੇ ਦਿੰਦਾ। ਕਹਿੰਦਾ ਫਿਰ ਐਂ ਕਰੀ ਕੱਲ੍ਹ ਨੂੰ ਆਈ। ਕਹਿੰਦਾ ਚੰਗਾ। ਉਹ ਭਾਈ 2-3 ਦਿਨ ਛੱਡ ਕੇ ਫਿਰ ਆ ਗਿਆ। ਕਹਿੰਦਾ ਕਿਉਂ ਭਾਈ ਬਣ ਗਏ? ਉਹ ਕਹਿੰਦਾ ਬਾਬਾ ਯਾਰ ਮੈਂ ਤਾਂ ਕੰਮ 'ਤੇ ਬਾਹਲਾ, ਮੈਂ ਗਿਆ ਭੁੱਲ, ਤੂੰ ਬਹਿ ਜਾ, ਕਹਿੰਦਾ ਮੈਂ ਬਣਾ ਦਿੰਦਾ। ਅਤੇ ਇਤਨੇ ਭਾਈ ਤੇਰੇ ਵਰਗਾ ਕੋਈ ਹੋਰ ਆ ਗਿਆ ਕਾਲਾ। ਉਹ ਕਹਿੰਦਾ ਵੀ ਐਂ ਕਰ, ਮੇਚ ਲੈ ਜੁੱਤੀ ਬਣਾ ਮੇਰੀ। ਅਤੇ ਉਹ ਭਾਈ ਉਹਦਾ ਮੇਚ ਲੈਣ ਲੱਗ ਗਿਆ। ਮੇਚ ਲੈਂਦੇ ਲੈਂਦੇ ਕੋਈ ਹੋਰ ਆ ਗਿਆ। ਹੁਣ ਮੁੱਚ ਕੋਈ ਇਹੋ ਜਿਹੇ ਕੰਮ ਵਾਲੇ ਕੋਲ ਬੰਦਾ ਆਉਂਦਾ ਹੀ ਹੈ ਜੁੜਾ ਜੁੱਤੀ ਵਾਲਾ। ਉਹ ਬਾਬਾ ਬੈਠਾ ਝੱਕ ਹੀ ਗਿਆ, ਉਹ ਤਾਂ ਜਿਉਂ ਤੜਕੇ ਦਾ ਬੈਠਾ ਉਹਦਾ ਪਿਛਲਾ ਪੈਰ ਹੋ ਗਿਆ। ਉਹ ਕਹਿੰਦਾ ਭਾਈ ਬਣਾਇਆ ਤਾਂ ਕਿਸੇ ਦਾ ਕੁਛ ਸਹੀ ਨਹੀਂ, ਮੇਚ ਹੀ ਲਈ ਜਾਂਦੇ। ਕਹਿੰਦਾ ਬਾਬਾ ਤੇਰਾ ਤਾਂ ਮੇਚ ਲੈਤਾ ਨਹੀਂ, ਤੇਰਾ ਤਾਂ ਕੋਈ ਤਕਲੀਫ ਨਹੀਂ ਦਿੰਦਾ, ਤੂੰ ਬੈਠਾ ਰਹਿ, ਜਦੋਂ ਮੈਂ ਵਿਹਲਾ ਹੁਣ ਤੈਨੂੰ ਬਣਾ ਦੂੰ। ਗੱਲ ਮੁੱਕਦੀ ਕਰਦਿਆਂ ਛਿਪ ਗਿਆ ਭਾਈ। ਉਹ ਕਹਿੰਦਾ ਭਾਈ ਮੈਂ ਵੀ ਮੰਗ ਤੰਗ ਕੇ ਰੋਟੀ ਖਾਣੀ ਹੈ, ਅਗਲਾ ਵਾਰ ਲਾ ਲੈਣਗੇ ਲੋਕ, ਮੈਨੂੰ ਕਿਹੜਾ ਦੁੱਖ ਲੁਕਲੇ ਵੀ ਤੂੰ ਮੇਚ ਲੈ ਲਾ, ਮੈਂ ਵਗ ਜਾਂਦਾ। ਕਹਿੰਦਾ ਬਸ ਆਹ ਬੰਦੇ ਨੂੰ ਆ ਜਾ, ਬਸ ਆਹ ਆਉਂਦਾ ਹੈਗਾ, ਇਹਦਾ ਮੇਚ ਲੈ ਕੇ ਤੇਰਾ ਮੇਚ ਲੈਂਦੇ। ਅਤੇ ਮੁੱਕ ਭਿਆ ਕਰਦੇ ਕਹਿੰਦੇ ਹਨੇਰਾ ਹੋ ਗਿਆ, ਪੰਡਿਤ ਉੱਠ ਕੇ ਤੁਰ ਗਿਆ। ਉਹਨੇ ਵੀ ਸੰਸਦੀ ਉਹਨੂੰ ਰੋਟੀ ਦਾ ਉਹਦਾ ਇਸ ਤੋਂ ਮੰਗ ਕੇ ਖਾਣੀ ਤੀ। ਉਹਨੇ ਭਾਈ ਜਾਂਦਾ ਕਹਿੰਦਾ ਓਏ ਤੇਰਾ ਬਹਿ ਜੇ ਬੇੜਾ ਤੇਰਾ, ਤੂੰ ਕਹਿੰਦਾ ਲੱਖਾਂ ਲੋਕਾਂ ਦੀ ਮੇਚ ਲੈ ਲਿਆ ਛੱਡੀ ਗਏ, ਜੇ ਉੱਥੇ ਮਾੜਾ ਜਿਹਾ ਮੇਰਾ ਪੈਰ ਧਰਾ ਲੈਂਦਾ ਪੱਥਰ 'ਤੇ ਤਾਂ ਕੀਤੀ, ਬਣਾ ਜਦੋਂ ਮਰਜ਼ੀ ਦਿੰਦਾ। ਉਹਨੂੰ ਕਹਿ ਸੁਣ ਵੀ ਇਹ ਮੈਨੂੰ ਕੁਛ ਕਹਿ ਕੇ ਗਿਆ। ਕਹਿੰਦਾ ਕਹਿੰਦਾ ਬਾਬਾ ਤੁਰ ਕਿਉਂ ਗਿਆ, ਕੱਲ੍ਹ ਨੂੰ ਆ ਜੀ। ਉਹ ਕਹਿੰਦਾ ਬਾਬਾ ਨਹੀਂ ਹੁਣ ਆਉਂਦਾ ਭਾਈ। ਉਹ ਭਾਈ ਹੌਲੀ ਹੌਲੀ ਉਹ ਕਿਤੇ ਪੰਡਿਤ ਦੀ ਗੱਲ ਸੱਚੀ ਹੋ ਗਈ, ਉਹਦਾ ਕੰਮ ਡਾਊਨ ਹੋਣ ਲੱਗ ਗਿਆ। ਡਾਊਨ ਹੋਣ ਲੱਗ ਗਿਆ ਤੂੰ ਉਹਨੇ ਵੀ ਪੰਡਿਤ ਜਿੱਥੇ ਰਹਿੰਦਾ ਤੇ ਉੱਥੇ ਵੱਗ ਗਿਆ, ਉੱਥੇ ਪੁੱਛਿਆ ਵੀ ਐਂ ਕਰਕੇ ਪੰਡਿਤ ਰਹਿੰਦਾ ਤੇ ਕਹਿੰਦੇ ਵੀ ਉਹ ਤਾਂ ਗਾਹਾਂ ਵਾਲੇ ਪਿੰਡ ਰਹਿਣ ਲੱਗ ਗਿਆ, ਉੱਥੇ ਵੱਗ ਗਿਆ। ਕਹਿੰਦੇ ਵੀ ਕਹਿੰਦਾ ਬਾਬਾ ਮੇਰਾ ਤਾਂ ਐਂ ਕਰਕੇ ਐਂ ਕੰਮ ਡਾਊਨ ਹੋ ਗਿਆ, ਕੋਈ ਕਿਰਪਾ ਕਰ ਤੁਸੀਂ। ਕਹਿੰਦਾ ਭਾਈ ਕੱਲ੍ਹ ਨੂੰ ਆ ਜੀ। ਅਤੇ ਜਦੋਂ ਭਾਈ 3 ਮਹੀਨੇ ਉਹ ਤੋਰੀ ਫਿਰਦਾ ਰਿਹਾ ਉਹਨੂੰ, ਉਹ ਕਹਿੰਦਾ ਲੈ ਭਾਈ ਐਂ ਕਰ, ਤੈਨੂੰ ਮੈਂ ਪੀਤਾ ਦਿੰਦਾ, ਇਹ ਜਾ ਕੇ ਘੋਲ ਕੇ ਸਾਰੇ ਵਿਹੜੇ 'ਚ ਛਿੜਕ ਦੀ। ਉਹਨੇ ਚੱਕ ਕੇ ਭਾਈ ਉੱਥੋਂ ਕਾਗਜ਼ ਫੜਾਤਾ, ਅਤੇ ਉਹ ਹੁਣ ਪੀਤੇ ਨਾ, ਉਹਦੇ ਨਾਲ ਕਾਗਜ਼ ਨਾਲ ਕੀ ਹੋਣਾ ਸੀ। ਫੇਰ ਵੱਗ ਗਿਆ। ਉਹ ਕਹਿੰਦਾ ਓਏ ਜੇ ਕਹਿੰਦਾ ਮੇਰੇ ਕੋਲ ਇੰਨੀ ਕਲਾ ਹੁੰਦੀ ਤੇਰਾ ਕੰਮ ਚੜ੍ਹਾਈ 'ਚ ਕਰਨ ਨੂੰ, ਕਹਿੰਦਾ ਮੈਂ ਮੰਗ ਕੇ ਕਾਹਨੂੰ ਖਾਂਦਾ, ਮੈਂ ਨਾ ਹਵੇਲੀ ਵਿੱਢ ਲੈਂਦਾ।
ਮੈਂ ਮੈਂ ਕਿਉਂ ਖਾਂਦਾ? ਤੂੰ ਕਹਿੰਦਾ ਮੇਰੇ ਕੋਲ ਆ ਗਿਆ, ਮੈਂ ਤੇਰੇ ਕੋਲ 6 ਮਹੀਨੇ ਫਿਰਦਾ ਰਹੇ, ਜੇ ਮੇਰੇ ਕੋਲ ਕਹਿੰਦਾ ਪੈਸੇ ਹੁੰਦੇ ਮੈਂ ਤੈਨੂੰ ਨਗਦ ਦਿੰਦਾ, ਤੂੰ ਘੰਟੇ 'ਚ ਬਣਾ ਕੇ ਦੇ ਦਿੰਦਾ ਮੈਨੂੰ, ਜੇ ਮੇਰੇ ਕੋਲ ਹੈ ਨਹੀਂ ਤਾਂ ਕੁਛ ਤਾਂ ਤੇਰੇ ਕੋਲ ਫਿਰਦਾ ਤੀ ਮੈਂ, ਹੁਣ ਤੂੰ ਮੈਨੂੰ ਕਹਿੰਦਾ ਮੇਰਾ ਕੰਮ ਚੜ੍ਹਾਈ 'ਚ ਹੋ ਜੇ, ਜੇ ਮੇਰੇ ਕੋਲ ਇੰਨਾ ਕੁਛ ਹੁੰਦਾ ਕਹਿੰਦਾ ਫਿਰ ਮੈਂ ਆਪ ਹੀ ਨਾ ਚੜ੍ਹਾਈ ਲੰਦ ਕਰ ਲੈਂਦਾ, ਤੇਰੇ ਕੋਲ ਕਿਹਨੂੰ ਹੁੰਦਾ? ਕਹਿੰਦਾ ਫਿਰ ਬਾਬਾ ਤੂੰ 3 ਮਹੀਨਾ ਤਾਂ ਮੈਨੂੰ ਰੋਜ਼ ਹੀ ਕਹਿੰਦਾ ਕੱਲ ਨੂੰਗਾ ਜੀ, ਕਹਿੰਦਾ ਫਿਰ ਜਦੋਂ ਤੂੰ ਕਹਿੰਦਾ ਰਿਹਾ ਮੈਂ ਨਹੀਂ ਕਹਿਣਾ ਕੱਲ ਨੂੰਗਾ ਜੀ, ਮੈਂ ਵੀ ਜਾਣਦਾ ਕੱਲ੍ਹ ਕਹਿਣਾ। ਚੱਲ ਭਾਈ ਰਮਦਾਸ ਜੀ ਹੌਲੀ ਹੌਲੀ ਪੂਰਾ ਡਾਊਨ ਹੋ ਗਿਆ, ਡਾਊਨ ਹੋਇਆ ਤੈਨੂੰ ਕੋਈ ਵੀ ਸਾਧ ਆ ਗਿਆ ਉਹਦੇ ਕੋਲ, ਸਾਧ ਕਹਿੰਦਾ ਵੀ ਭਗਤਾ, ਕਹਿੰਦਾ ਹਾਂ, ਕਹਿੰਦਾ ਪੁੱਗੇ ਨੇ ਇਹਨਾਂ 'ਚ ਬੱਦਰੀਆਂ ਪਾਉਣੀਆਂ, ਚੰਮ ਦੀਆਂ ਬਣਾ ਕੇ ਪਾ ਦੇ ਉਹਦੇ ਕੋਲ, ਕਹਿੰਦਾ ਚੰਮ ਨਾ, ਕਹਿੰਦਾ ਬਾਬਾ ਚੰਮ ਤਾਂ ਹੈ ਨਹੀਂ, ਕਹਿੰਦਾ ਫਿਰ ਰੱਸੀਆਂ ਲੰਘਾ ਦੇ, ਰੱਸੀਆਂ ਲੰਘਾ ਤੀਆਂ, ਬਹਿ ਗਿਆ। ਕਹਿੰਦਾ ਇੱਕ ਗੱਲ ਕਹਾਂ ਭਾਈ, ਕਹਿੰਦਾ ਹਾਂ, ਕਹਿੰਦਾ ਤੂੰ ਰੋਜ਼ ਇੱਕ ਪੰਡਤ ਆਉਂਦਾ ਤੀ ਤੈਨੂੰ ਪਊਆ ਨੂੰ, ਤੂੰ 6 ਮਹੀਨੇ ਨੂੰ ਕੱਲ੍ਹ ਕੱਲ੍ਹ ਕਰੀ ਗਏ, ਜੇ ਕਹਿੰਦਾ 5 ਮਿੰਟਾਂ ਦੇ ਪੂਏ ਬਣਾ ਆਉਂਦਾ ਨਾ ਉਹ ਟਾਈਮ ਦੇ ਵਿੱਚ, ਤੂੰ ਤੂੰ ਕਹਿੰਦਾ ਹੁਣ ਜੇ ਬੁਲੰਦ ਸੂਹ ਲੈਂਦਾ ਕੁਛ ਵੀ ਕਰ ਸਕਦਾ ਤੀ। ਕਹਿੰਦਾ ਫਿਰ ਬਾਬਾ ਜੀ ਹੁਣ ਬਣਾ ਦਿਆਂ? ਕਹਿੰਦਾ ਹੁਣ ਤਾਂ ਵੇਲਾ ਲੰਘ ਗਿਆ, ਹੁਣ ਨਾ ਬਣਾਈ। ਕਹਿੰਦਾ ਕਹਿੰਦਾ ਕਿਉਂ? ਕਹਿੰਦਾ ਹੁਣ ਤਾਂ ਵੇਲਾ ਲੰਘ ਗਿਆ। ਕਹਿੰਦਾ ਤੈਂ ਉਹਨੂੰ ਝੇੜ ਕਰੀ ਵੀ ਪੂਆ ਵਰਗੇ ਤਾਂ ਪੈਰ ਤੇਰੇ ਹੋ ਗਏ, ਕਹਿੰਦਾ ਜੇ ਤੂੰ ਉਹਦੇ ਪੂਏ ਬਣਾ ਆਉਂਦਾ ਅੱਜ, ਕਹਿੰਦਾ ਕੁਛ ਵੀ ਕਰ ਲੈਂਦਾ ਤੂੰ। ਉਹ ਕਹਿੰਦਾ ਫਿਰ ਉਹ ਭਾਈ ਮੋਚੀ ਪਛਤਾਉਣ ਲੱਗ ਗਿਆ, ਕਹਿੰਦਾ ਵੇੜਾ ਬੀਤੇ ਤੂੰ ਨਹੀਂ ਬਿਤਾਈਦਾ ਹੁੰਦਾ, ਤਾਂ ਵੇੜਾ ਲੰਘ ਗਿਆ ਜਿਹੜਾ ਟਾਈਮ ਆਇਆ ਤੀ ਤੈਨੂੰ ਦੇਤਾ ਤੀ ਮਾਲਕ ਨੇ, ਪਰ ਤੂੰ ਤਾਂ ਸੰਭਾਲਿਆ ਨਾ ਗਿਆ। ਅਤੇ ਇਤਨੇ ਭਾਈ ਉੱਥੇ ਬੈਠੇ ਬੈਠੇ ਜ਼ਿਮੀਂਦਾਰ ਆ ਗਿਆ ਪੰਡਿਤ ਕੋਲ, ਉਹਦੇ ਕੋਲ ਰਮਦਾਸ ਜੀ ਕੋਲ। ਉਹ ਕਹਿੰਦਾ ਉਹਨੇ ਨਮਸਕਾਰ ਕਰੀ ਪੰਡਿਤ ਮੂਹਰੇ, ਕਹਿੰਦਾ ਵੀ ਉਹਨੂੰ ਜ਼ਿਮੀਂਦਾਰ ਨੂੰ ਕਹਿੰਦਾ ਐਂ ਕਰ, ਕਹਿੰਦਾ ਭਾਈ ਜਾ ਕੇ ਖਾਣਾ ਲੈ ਕੇ ਆ ਕਰੋ। ਉਹ ਭਾਈ ਜ਼ਿਮੀਂਦਾਰ ਉਹਨੇ ਪੈਰੀ ਮੁੜ ਗਿਆ, ਰਮਦਾਸ ਜਿਹੜਾ ਮੋਚੀ ਤੇ, ਉਹ ਕਹਿੰਦਾ ਕਿਵੇਂ ਆਇਆ ਤੀ? ਕਹਿੰਦਾ ਮੁੜ ਕੇ ਆ ਕੀ ਦੱਸੂ, ਜਾ ਕੇ ਭਾਈ ਤਾਂ ਜਿਹਾ ਜਿਹਾ ਖਾਣਾ ਘਰੇ ਤਿਆਰ ਤੀ ਬਣਾ ਕੇ ਪਰੋਸ ਕੇ ਲਿਆਇਆ। ਕਹਿੰਦਾ ਲੈ ਬਾਬਾ ਜੀ ਛੱਕ ਲਓ। ਕਹਿੰਦਾ ਆਹ ਦੇਖੋ ਵੀ ਅਕ ਲਿਆ ਇਹਨੂੰ, ਕਹਿੰਦਾ ਮੈਂ ਖਾਣਾ ਮੈਂ ਮੰਗ ਰਿਹਾ ਖਾ ਲੈਂਦਾ ਜਿੱਥੇ ਮਰਜ਼ੀ ਖਾ ਲੈਂਦਾ, ਕਹਿੰਦਾ ਮੈਂ ਪ੍ਰਤਿਆਵਾ ਲਿਆ ਤੀ ਵੀ ਇਹ ਤਾਂ ਨਹੀਂ ਗੱਲ। ਕਹਿੰਦਾ ਕਹਿੰਦਾ ਇਹਨੂੰ ਉਹਦੀ ਮੁੜ ਗਿਆ, ਕਹਿੰਦਾ ਇਹ ਕੁਛ ਸਾਰਾ ਕੁਛ ਹੈਗਾ ਤੀ ਇਹ ਲਏਗਾ ਬਸ, ਜੇ ਤੂੰ ਕਹਿੰਦਾ ਜਿਵੇਂ ਤੂੰ ਬਿਠਾਈ ਬੈਠਾ ਮੈਨੂੰ ਜੇ ਉਹਦੀ ਬੱਦਰੀਆਂ ਪਾ ਆਉਂਦਾ ਤੇਰਾ ਬਣ ਗਿਆ ਤੀ ਕੰਮ। ਕਹਿੰਦਾ ਕਹਿੰਦਾ ਹੁਣ ਇਹ ਲਏਗਾ ਭਾਈ ਲਾਹਾ, ਮੇਰੇ ਤਾਂ ਕੋਈ ਸਾਰੇ ਦੀ ਗੱਲ ਨਹੀਂ, ਮੈਂ ਨਹੀਂ ਕੁਛ ਕਰ ਸਕਦਾ ਹੁਣ। ਫਿਰ ਕਹਿੰਦੇ ਭਾਈ ਮੋਚੀ ਨੇ ਆਪਦਾ ਬਾਲ ਬੱਚਾ ਵੇਚਤਾ, ਉਹ ਸਾਧ ਫਿਰ ਆਇਆ ਬਾਹਲੇ ਸਾਲਾਂ ਪਿੱਛੋਂ ਮੁੜ ਕੇ, ਜਦੋਂ ਉਹਨੇ ਦੇਖ ਲਿਆ ਵੀ ਤਾਂ ਸਾਰਾ ਕੁਛ ਉੱਜੜ ਗਿਆ ਖਤਮ ਹੋ ਗਿਆ, ਉਹ ਮੁੰਡਾ ਕਿਹਨੂੰ ਵੇਚਿਆ ਹੋਇਆ ਵੀ ਕੰਮ ਕਰੀ ਜਾਵੇ ਜ਼ਿਮੀਂਦਾਰ ਦੇ ਲਾ ਲੈ, ਅਤੇ ਉਹਨੇ ਜ਼ਿਮੀਂਦਾਰਾਂ ਨੇ ਦੁਕਾਨ 'ਤੇ ਤੋਰਤਾ, ਗਾਹਾਂ ਸਾਧ ਉਹ ਬੈਠਾ ਦੁਕਾਨ 'ਤੇ, ਉਹਨੇ ਲਾ ਲਿਆ ਸਾਹਿਬ ਵੀ ਇਹਨੂੰ ਤਾਂ ਤਾਰੀਏ, ਇਹਦਾ ਪਿਓ ਤਾਂ ਜਿਹਾ ਜਿਹਾ ਹੈਗਾ ਤੀ ਹੈਗਾ ਤੀ। ਉਹ ਕਹਿੰਦਾ ਭਾਈ ਹਾਂ, ਕਹਿੰਦਾ ਪਾਣੀ ਦਾ ਗਲਾਸ ਲਿਆਓ ਫਲਾਨੀ ਦੁਕਾਨ ਤੋਂ ਜਾ ਕੇ, ਕਿਉਂਕਿ ਉਹਨੇ ਭਾਈ ਉੱਥੇ ਜਿਹੜਾ ਕੋਈ ਲੈਣਾ ਤੀ, ਉਹ ਕਹਿੰਦਾ ਮੈਂ ਆ ਕੇ ਲਊਂਗਾ, ਮੈਂ ਪਹਿਲਾਂ ਬਾਬੇ ਨੂੰ ਪਾਣੀ ਲਿਆ ਦੇ, ਪਾਣੀ ਲਿਆ ਆ, ਪਾਣੀ ਲਿਆ ਕੇ ਉਹ ਕਹਿੰਦਾ ਲੈ ਕਰ ਮੈਂ ਤੈਨੂੰ ਕੜਾ ਦਿੰਦਾ ਵੀ ਜਿਹੜੀ ਚੀਜ਼ ਨਾਲ ਲਾ ਦਿਆ ਕਰੇਗਾ, ਜਿਹੜੀ ਚੀਜ਼ ਆਪਦੇ ਮਨ 'ਚ ਕਿਹਾ ਕਰੇਗਾ ਉਹੀ ਬਣ ਜਾ ਕਰੂ, ਵੀ ਇਹਨੂੰ ਰੱਖੀ ਪੜਦੇ 'ਚ। ਕਹਿੰਦਾ ਚੰਗਾ ਜੀ ਲਾ, ਕਹਿੰਦਾ ਕਾਸੇ ਨਾ ਦਿਆ ਕਰੀ, ਜੇ ਮਿੱਟੀ ਦੀ ਚੀਜ਼ ਨਾਲ ਲਾ ਦਿਆ ਕਰੀ, ਕਾਸੇ ਨਾਲ ਲਾ ਦਿਆ ਕਰੀ। ਉਹਨੇ ਤਾਂ ਭਾਈ ਪਹਿਲਾਂ ਤਾਂ ਉਹਨੇ ਘਰ ਬਣਾ ਲਿਆ ਮਿੱਟੀ ਦਾ, ਉਹਦੇ ਲਾਤਾ, ਉਹ ਇਹੋ ਜਿਹਾ ਘਰ ਤਿਆਰ ਹੋ ਗਿਆ। ਫਿਰ ਉਹਨੇ ਸੋਚਿਆ ਵੀ ਘਰ ਤੋਂ ਕੀ ਕਰਾਉਣੇ, ਬਹੁਤ ਹੈ ਨਹੀਂ, ਘਰ 'ਚ ਰਹਿਣ ਵਾਲੀ ਵੀ ਚਾਹੀਦੀ ਹੈ, ਉਹਨੇ ਮਿੱਟੀ ਦੀ ਕਰ ਲਈ ਤਿਆਰ।
ਅਤੇ ਮਿੱਟੀ ਦੀ ਤਿਆਰ ਕਰੀ ਅਤੇ ਕੜਾ ਲਾਤਾ ਬਣ ਗਈ ਅਤੇ ਬਣ ਗਈ ਭਾਈ ਉਹ ਕਹਿੰਦਾ ਕਿ ਵੀ ਬੈਠੀ ਹੋ ਗਈ ਕਹਿੰਦੀ ਜੀ ਦੱਸੋ ਕੀ ਹੁਕਮ ਹੈ ਕਹਿੰਦਾ ਹੁਕਮ ਕਾਹਦਾ ਰੋਟੀਆਂ ਲਾਇਆ ਕਰ ਕਹਿੰਦੀ ਜੀ ਠੀਕ ਹੈ ਸੱਤ ਬਚਨ ਇਤਨੇ ਭਾਈ ਉਹ ਸਾਧ ਆ ਗਿਆ ਉਹ ਕਹਿੰਦਾ ਭਾਈ ਤੈਨੂੰ ਮੈਂ ਕੜਾ ਦਿੱਤਾ ਤੀ ਕੀ ਬਣਾਇਆ ਕਹਿੰਦਾ ਬਾਬਾ ਜੀ ਜਿਹੜੀਆਂ ਚੀਜ਼ਾਂ ਦੀ ਦੋ ਦੀ ਲੋੜ ਤੀ ਮੈਂ ਬਣਾ ਲਈ ਇੱਕ ਘਰ ਬਣਾ ਲਿਆ ਇੱਕ ਘਰ 'ਚ ਬੈਠਣ ਵਾਲੀ ਬਣਾ ਲਈ ਉਹ ਕਹਿੰਦਾ ਉਹ ਮੂਰਖਾ ਕਹਿੰਦਾ ਕਹਿੰਦਾ ਜਦੋਂ ਘਰ 'ਚ ਬੈਠਣ ਵਾਲੀ ਬਣਾਉਣੀ ਤੀ ਤੈਂ ਕਹਿੰਦਾ ਗਾਹਾਂ ਵੀ ਸੋਚਣਾ ਤੀ ਕਹਿੰਦਾ ਬਸ ਫਿਰ ਹੁਣ ਇਕੱਲੀ ਬੈਠਣ ਵਾਲੀ ਰਹਿਜੂ ਹੁਣ ਹੋਰ ਨਹੀਂ ਕੁਛ ਹੁੰਦਾ ਇੱਥੇ ਕਹਿੰਦਾ ਕਿਉਂ ਕਹਿੰਦਾ ਜਦੋਂ ਤੂੰ ਘਰ ਵਾਲੀ ਬਣਵਾਈ ਤੀ ਉਦੋਂ ਤਾਂ ਗਾਹਾਂ ਵੀ ਸੋਚਣਾ ਤੀ ਵੀ ਬਾਲ ਬੱਚਾ ਵੀ ਹੋਊ ਕਹਿੰਦਾ ਬਾਬਾ ਤਾਂ ਫਿਰ ਮੈਂ ਭੁੱਲ ਗਿਆ ਇਹ ਤਾਂ ਮੈਂ ਸੋਚੀ ਨਹੀਂ ਕਹਿੰਦਾ ਬਸ ਫਿਰ ਹੁਣ ਘਰ ਵਾਲੀ ਰਹਿ ਗਈ ਇਕੱਲੀ ਹੁਣ ਕੀ ਉਹਨੇ ਪੈਰ ਫੜ ਲਿਆ ਕਹਿੰਦਾ ਬਾਬਾ ਕੋਈ ਵਿਧੀ ਦੱਸ ਕਹਿੰਦਾ ਵਿਧੀ ਕੀ ਦੱਸਣੀ ਆ ਭਾਈ ਹੁਣ ਦੋ ਬਣਾ ਲੈ ਪਰ ਇਹ ਸੋਚ ਲਈ ਵੀ ਬਾਬਾ ਨੂੰ ਗਾਹਾਂ ਵੀ ਚਾਹੀਦਾ ਹੁਣ ਕੀ ਭਾਈ ਫਿਰ ਉਹ ਜਦੋਂ ਉਹਨੇ ਦੁਬਾਰੇ ਬਣਾਈ ਫਿਰ ਉਹ ਗਾਹਾਂ ਵਾਲੀ ਸੋਚ ਕੇ ਬਣਾਈ ਗਾਹਾਂ ਵਾਲੀ ਸੋਚ ਕੇ ਬਣਾਈ ਵੀ ਉਹਨੇ ਵੀ ਬਾਲ ਬੱਚਾ ਹੋਣਾ ਚਾਹੀਦਾ ਫਿਰ ਉਹ ਤਿਆਰ ਹੋ ਗਈ ਚੱਲ ਭਾਈ ਸਾਲ ਪਿੱਛੋਂ ਸਾਧ ਆਇਆ ਉਹਦੇ ਘਰ ਭਾਈ ਜਵਾਕ ਦਿਲਾ ਖੇਡਦਾ ਫਿਰੇ ਭਾਈ ਆ ਉਹਨੇ ਪਹਿਲੀਆਂ ਹੱਥ ਲਾਏ ਕਹਿੰਦਾ ਬਾਬਾ ਜਿਹੜੀ ਤਾਂ ਗੱਲ ਕਹੀ ਤੀ ਸੱਚੀ ਹੋ ਗਈ ਅੱਛਾ ਵੀ ਹੁਣ ਅੱਜ ਤੂੰ ਭੋਜਨ ਜਿਹੜਾ ਮਰਜ਼ੀ ਛਕ ਸਕਦਾ ਉਹ ਕਹਿੰਦਾ ਭਾਈ ਐਂ ਕਰ ਮੈਂ ਹੋਰ ਕੁਛ ਨਹੀਂ ਛਕਣਾ ਵੀ ਮੈਨੂੰ ਪਾਣੀ ਗਰਮ ਦੇ ਦਿਓ ਹੁਣ ਸਾਹ 'ਤੇ ਉਹ ਅੱਗ ਬੰਨਦਾ ਉਹਨੇ ਅੱਗ ਬੰਨਤੀ ਹੁਣ ਉਹ ਘਰ ਵਾਲੀ ਨੇ ਪਾਣੀ ਧਰਤਾ ਹੁਣ ਛੇਕ ਪਾਣੀ ਨੂੰ ਲੱਗੇ ਨਾ ਕੋਈ ਅੱਗ ਵੱਜ ਗਈ ਅੱਗ ਦਾ ਛੇਕ ਨਹੀਂ ਹੁੰਦਾ ਉਦੋਂ ਵੱਜ ਜੇ ਅਤੇ ਉਹਨੇ ਭਾਈ ਦਾਲਾ ਬੈਠਾ ਸਾਹ ਚੱਕ ਗਿਆ ਉਹ ਕਹਿੰਦਾ ਭਾਈ ਮੈਂ ਜਾਣਾ ਹੈ ਪਾਣੀ ਤੱਤਾ ਲਿਆ ਇੰਨਾ ਚਿਰ ਹੋ ਗਿਆ ਅੱਗ 'ਤੇ ਧਰੇ ਨੂੰ ਕਹਿੰਦੀ ਬਾਬਾ ਪਾਣੀ ਜਿਹਾ ਜਿਹਾ ਪਾਇਆ ਹੋਇਆ ਜੀ ਪਿਆ ਠੰਡੇ ਦਾ ਠੰਡਾ ਕਹਿੰਦਾ ਹੋਇਆ ਨਹੀਂ ਤੱਤਾ ਕਹਿੰਦੀ ਨਾ ਕਹਿੰਦਾ ਭਾਈ ਇਹ ਜਿਹੜਾ ਪਾਣੀ ਨਹੀਂ ਤੱਤਾ ਹੋਇਆ ਤੇਰੇ ਸਹੁਰੇ ਦੀ ਜੂਨੀ 'ਚੋਂ ਹੈ ਕਹਿੰਦਾ ਤੇਰੇ ਸਹੁਰੇ ਨੇ 6 ਮਹੀਨੇ ਉੱਥੇ ਪੂਏ ਨਹੀਂ ਬਣਾ ਕੇ ਦਿੱਤੇ ਮੇਰੇ 6 ਮਹੀਨੇ ਪਿਆਰੇ ਪੈਰ ਕਸਾ ਤੇ ਰੋਏ ਤੋਰਿਆ ਕਰ ਮੈਨੂੰ ਕਹਿੰਦਾ ਇਹ ਐਂ ਹੈ ਹੁਣ ਇਹ ਤੱਤਾ ਤਾਂ ਹੁੰਦਾ ਨਹੀਂ ਸਮਝ ਗਈ ਗਾਹਾਂ ਵਾਸਤੇ ਕਹਿੰਦਾ ਤੁਹਾਨੂੰ ਦੱਸਦਾ ਮੈਂ ਕੋਈ ਸਾਧ ਸੰਤ ਆਵੇ ਉਹਨੂੰ ਇਹ ਗੱਲ ਨਾ ਕਹੀ ਵੀ ਬਾਬਾ ਕਿਹਾ ਜਿਹਾ ਮਰਜ਼ੀ ਭੋਜਨ ਸਕ ਲੈ ਇਹ ਗੱਲ ਮੇਰੀ ਲੜ ਬੰਨ ਲੈ ਉਹ ਕਹਿੰਦੀ ਬਾਬਾ ਮੈਥੋਂ ਤਾਂ ਫਿਰ ਕਹਿਣ ਵਾਲਾ ਕਿਹਾ ਗਿਆ ਵੀ ਜਿਹਾ ਜਿਹਾ ਮਰਜ਼ੀ ਭੋਜਨ ਸਕ ਲੈ ਕਹਿੰਦਾ ਤੈਨੂੰ ਹੰਕਾਰ ਹੋ ਗਿਆ ਘਰ ਦਾ ਅਤੇ ਇੱਕ ਬੇਟੇ ਦਾ ਇਹ ਜਿਹੜਾ ਕਹਿੰਦਾ ਪਾਣੀ ਤੱਤਾ ਹੁਣ ਹੋਇਆ ਨਾ ਹੋਇਆ ਇਹ ਬੇਟਾ ਕਹਿੰਦਾ ਪਾਣੀ ਤਰ੍ਹਾਂ ਦੀ ਹੈ ਜਿਵੇਂ ਇਹ ਲਗਿਆ ਦਿੱਤਾ ਉਵੇਂ ਲਿਜਾ ਵੀ ਸਕਦਾ ਉਹਦੀ ਖੇਡ ਹੈ ਉਹ ਕਹਿੰਦੀ ਕਿ ਬਾਬਾ ਵੀ ਮੈਥੋਂ ਤਾਂ ਗਲਤੀ ਹੋ ਗਈ ਇਤਨੇ ਉਹਦੇ ਘਰ ਵਾਲਾ ਆ ਗਿਆ ਉਹ ਮੁੰਡਾ ਉਹ ਅੱਗੇ ਕਹਿੰਦਾ ਜੀ ਬਾਬੇ ਨੂੰ ਕੁਛ ਖਵਾਇਆ ਪਿਆ ਨਹੀਂ ਉਹ ਕਹਿੰਦੀ ਜੀ ਬਾਬੇ ਨੇ ਪਾਣੀ ਮੰਗਿਆ ਤੀ ਤੜਕੇ ਦਾ ਧਰਿਆ ਹਜੇ ਤੱਕ ਤੱਤਾ ਹੋਇਆ ਨਹੀਂ ਉਹ ਕਹਿੰਦਾ ਬਾਬਾ ਕੀ ਗੱਲ ਫਿਰ ਪਾਣੀ ਤੱਤਾ ਕਿਉਂ ਨਹੀਂ ਹੋਇਆ ਕਹਿੰਦਾ ਭਾਈ ਇਹ ਤਾਂ ਹੀ ਰਹੋ ਕਹਿੰਦਾ ਕਿਉਂ ਕਹਿੰਦਾ ਚੁੱਲ੍ਹਾ ਕੀ ਕੋਈ ਵੀ ਕਿੱਡਾ ਵੀ ਮਰਜ਼ੀ ਕੁਛ ਕੁਹਾ ਲਏ ਚੁੱਲ੍ਹਾ ਤਾਂ ਠੰਡੇ ਤਾਂ ਠੰਡੇ ਹੀ ਰਹੂ ਕਹਿੰਦਾ ਕਿਉਂ ਕਹਿੰਦਾ ਹਾਂ ਜ਼ਿੰਦਗੀ 'ਚ ਕਹਿੰਦਾ ਚੁੱਲ੍ਹਾ ਗਰਮ ਨਹੀਂ ਹੋਊ ਕਹਿੰਦਾ ਕਿਉਂ ਕਹਿੰਦਾ ਕਦਕ ਤੱਕ ਰੱਖੇਗਾ ਕਹਿੰਦਾ ਪਰ ਜੇ ਕੋਈ ਆ ਜਾਏ ਉਹਨੂੰ ਐਂ ਨਹੀਂ ਕਹੀਦਾ ਹੁੰਦਾ ਵੀ ਜਿਹਾ ਜਿਹਾ ਮਰਜ਼ੀ ਭੋਜਨ ਸਕ ਉਹਨੂੰ ਕਹੀ ਵੀ ਬਾਬਾ 2 ਰੋਟੀਆਂ ਮਿਰਚ ਨਾ ਮਿਲਣਗੀਆਂ ਖਵਾ ਜਿੱਥੇ ਮਰਜ਼ੀ ਦੇ ਕੁਛ ਕਹਿੰਦਾ ਤਾਂ ਹੀ ਕਰਕੇ ਹੰਕਾਰ ਭਾਈ ਇਹ ਕੜਾ ਜਿਹੜਾ ਤੈਨੂੰ ਮੈਂ ਦਿੱਤਾ ਤੀ ਪਹਿਲਾਂ ਮੈਨੂੰ ਕੜਾ ਕਹਿੰਦਾ ਬਾਬਾ ਕੜਾ ਤਾਂ ਉਹ
ਮੇਰੀ ਦੂਜੇ ਘਰ ਵਾਲੀ ਕੋਲ ਆ, ਉਹ ਕੋਲ ਕੋਲ ਸੱਦ ਲਈ, ਕਹਿੰਦਾ ਵੀ ਕੜਾ ਬਾਬੇ ਨੂੰ ਚਾਹੀਦਾ। ਕਹਿੰਦੀ ਨਾ ਮੈਂ ਤਾਂ ਦਿੰਦੀ ਨਹੀਂ। ਉਹ ਕਹਿੰਦਾ ਕਿਉਂ? ਉਹ ਕਹਿੰਦਾ ਭਾਈ ਐਂ ਕਰੀ ਫਿਰ, ਇਹ ਤੂੰ ਐਂ ਦੇਖੀਏ ਕੜੇ ਨਾਲ ਕੀ ਕਰਦੀ ਹੈ। ਹੁਣ ਕਿਉਂ ਕੜੇ ਨਾਲ ਭਾਈ, ਜਦੋਂ ਕੜਾ ਸਮਝ ਲਿਆ ਉਹ ਰਾਤ ਨੂੰ ਮਿੱਟੀ ਦਾ ਬੰਦਾ ਬਣਾ ਲਿਆ ਕਰੇ, ਉੱਤੇ ਕੜਾ ਕਸਾ ਲਿਆ ਕਰੇ, ਬੰਦਾ ਸੁਰਜੀਤ ਹੋ ਜਾ ਕਰੇ, ਤੜਕੇ ਨੂੰ ਸਮਝ ਲਿਆ ਉਹ ਬੰਦੇ ਨੂੰ ਪਾ ਕੇ ਉੱਤੇ ਕੜਾ ਫੇਰ ਦਿਆ ਕਰੇ, ਉਹ ਮਿੱਟੀ ਦਾ ਬਣ ਜਾ ਕਰੇ। ਉਹ ਕੜੇ ਦੀ ਗਲਤ ਵਰਤੋਂ ਕਰਨ ਲੱਗ ਗਈ। ਉਹਨੇ ਭਾਈ ਉਹਦੀ ਗੁੱਤਣੀ ਫੜ ਲਈ, ਕਹਿੰਦਾ ਇਹ ਕੀ ਕਰਦੀ ਹੈ ਤੂੰ ਰਾਤ ਨੂੰ, ਇਹ ਕੜੇ ਦੀ ਗਲਤ ਵਰਤੋਂ ਕਰਦੀ ਹੈ। ਕਹਿੰਦੀ ਗੱਲ ਸੁਣੋ ਮੇਰੀ, ਹਾਂ। ਕਹਿੰਦੀ ਤੈਂ ਮੈਨੂੰ ਤਿਆਰ ਕਿਉਂ ਕਰਨਾ ਕਰਿਆ, ਤੇ ਜੇ ਮੈਨੂੰ ਤਿਆਰ ਕਰਿਆ ਫਿਰ ਦੂਜੀ ਕੋ ਤਿਆਰ ਕਰੀ, ਤੈਂ ਵੀ ਗਲਤ ਕੜੀ ਦਾ ਗਲਤ ਵਰਤੋਂ ਕਰੀ ਹੈ। ਕਹਿੰਦਾ ਵੀ ਮੈਂ ਤਾਂ ਐਂ ਤਿਆਰ ਕਰੀ ਆ, ਗਾਹਾਂ ਨਹੀਂ ਦੀ ਵਧੰਤ ਵਾਧਾ, ਬੱਚਾ ਨਹੀਂ ਤੇ ਹੁੰਦਾ, ਮੈਂ ਤਾਂ ਤਿਆਰ ਕਰੀ ਹੈ। ਕਹਿੰਦੀ ਜਿਹੜੀ ਚੀਜ਼ ਉਹ ਤਿਆਰ ਉਹਦੇ ਉਦੋਂ ਤਿਆਰ ਕਰੀ, ਉਦੋਂ ਮੈਨੂੰ ਤਿਆਰ ਕਰ ਦਿੰਦਾ ਮੈਂ। ਕਹਿੰਦਾ ਮੈਂ ਭੁੱਲ ਗਿਆ ਉਦੋਂ। ਕਹਿੰਦੀ ਬਸ ਫਿਰ ਮੈਂ ਵੀ ਭੁੱਲ ਜਾਂਦੀ ਹਾਂ, ਮੈਂ ਵੀ ਤੈਨੂੰ ਭੁੱਲ ਜਾਂਦੀ ਹਾਂ। ਅਤੇ ਉਹ ਕਹਿੰਦਾ ਵੀ ਉਹਨੇ ਭਾਈ ਸਾਧ ਕੋਲ ਦੱਸਿਆ, ਸਾਧ ਕਹਿੰਦਾ ਭਾਈ ਜਦੋਂ ਕੜਾ ਵਰਤੋਂ 'ਚ ਵੱਗ ਗਿਆ ਹੁਣ ਨਹੀਂ, ਹੁਣ ਕੜਾ ਨਹੀਂ ਕਹਿੰਦਾ ਕੰਮ ਕਰਦੇ ਤੋਂ ਬਾਅਦ ਬੈਸ। ਉਹ ਭਾਈ ਕਹਿੰਦੀ ਚੰਗਾ। ਉਹ ਕਹਿੰਦਾ ਵੀ ਲੈ ਹੁਣ ਤੂੰ ਚੱਕੀ ਫਿਰ ਕੜਾ ਨਹੀਂ ਕੰਮ ਕਰਦਾ। ਉਹ ਭਾਈ ਬਣਾ ਲਿਆ ਕਰੇ ਮਿੱਟੀ ਤੋਂ ਕੜਾ, ਜਦੋਂ ਕੰਮ ਹੀ ਨਾ ਕਰਿਆ ਕਰੇ, ਉਹ ਕਸਾਈ ਜਾਇਆ ਕਰੇ ਉਹਦੇ ਉੱਤੇ ਸਾਰੀ ਰਾਤ ਬੈਠੀ, ਕਿਤੇ ਉੱਧਰੋਂ ਕਿਤੇ ਉੱਧਰੋਂ, ਉਹ ਤਿਆਰ ਹੋਇਆ ਨਾ ਕਰੇ। ਹੌਲੀ ਹੌਲੀ ਭਾਈ ਉਹਦੇ ਦੂਜੀ ਘਰ ਵਾਲੀ ਨੂੰ ਪਤਾ ਲੱਗ ਗਿਆ, ਉਹ ਸਹੀ ਤੀ ਸੱਚੀ ਤੀ। ਉਹ ਕਹਿੰਦੀ ਕਿ ਕੀ ਕਰਦੀ ਹੈ? ਕਹਿੰਦੀ ਬੰਦਾ ਤਿਆਰ ਕਰਕੇ ਦੇਖਦੀ ਹਾਂ ਵੀ ਹੁੰਦਾ ਕਿ ਨਾ। ਉਹ ਕਹਿੰਦੀ ਲੈ ਮੈਨੂੰ ਫੜਾ। ਉਹਨੇ ਜਦੋਂ ਕੜਾ ਫੜ ਕੇ ਉਹਨੇ ਖਸਾ ਤਾਂ ਉਹਦੇ ਤਿਆਰ ਹੋ ਗਿਆ। ਉਹ ਭਾਈ ਉਹ ਕਹਿੰਦੀ ਕਿ ਵੀ ਇਹ ਕੀ ਗੱਲ ਵੀ ਮੈਂ ਤੜਕ ਰਾਤ ਦੀ ਖਸਾਈ ਜਾਂਦੀ ਹਾਂ, ਮੇਰੇ ਤੋਂ ਤਾਂ ਤਿਆਰ ਹੋਇਆ ਨਹੀਂ। ਉਹ ਕਹਿੰਦੀ ਭੈਣੇ ਜ਼ਿੰਦਗੀ 'ਚ ਕੇਰੀ ਚੀਜ਼ ਬਣਦੀ ਹੁੰਦੀ ਹੈ, ਰੋਜ਼ ਰੋਜ਼ ਨਹੀਂ ਬਣਦੀ ਹੁੰਦੀ। ਇੱਕ ਨਹੀਂ ਮੇਥੋਂ ਬਣਿਆ, ਕਹਿੰਦੀ ਦੁਬਾਰੇ ਮੇਥੋਂ ਨਹੀਂ ਬਣਦਾ ਹੁਣ। ਹੁਣ ਕੀ ਫਿਰ ਉਹ ਭਾਈ ਦੋ ਬਣ ਗਏ, ਇੱਕ ਤਾਂ ਮੁੰਡਾ ਹੈਗੀ ਅਤੇ ਕੋਹ ਤਿਆਰ ਹੋ ਗਿਆ, ਵਿਚਾਲੇ ਕੱਢ ਲਈ ਕਹਿੰਦਾ ਹਿੱਸਾ ਵਟਾ ਬਣ ਗਈ ਬਰਾਬਰ ਦੀ। ਉੱਥੋਂ ਫਿਰ ਮੰਨ ਕੇ ਚੱਲ ਉਹਨੇ ਸਾਧ ਨੇ ਕਿਹਾ, ਕਹਿੰਦਾ ਲੈ ਅੱਜ ਤੋਂ ਬਾਅਦ ਜਿਹੜੀ ਨੰਦਾਂ ਦੇ ਅੰਦਰ ਹੋਊਗੀ, ਹੁਣ ਕਹਿੰਦਾ ਤਿਆਰ ਨਹੀਂ ਹੋ ਦੁਨੀਆ ਲੋਟਾ ਨੰਦਾਂ 'ਚ ਆਊਗੀ, ਜਿਹੜੀ ਨੰਦਾਂ 'ਚ ਹੋਊਗੀ ਉਹ ਮਾਲਕ ਨਹੀਂ ਬਣ ਜੂ, ਚਾਹੇ ਕਹਿੰਦਾ ਮਹੀਨਾ ਰਹੇਗੀ ਚਾਹੇ 6 ਮਹੀਨੇ ਰਹੇਗੀ। ਕਹਿੰਦੇ ਬਾਬਾ ਉਹ ਕਿਵੇਂ? ਕਹਿੰਦੇ ਵੀ ਗਾ ਬਸ ਦੇਖਣੀ ਤੇਰੇ ਕੋਲ ਆਉਣ ਵਾਲੇ ਸਮੇਂ 'ਚ ਮਾਲਕ ਨਹੀਂ ਬਣ ਜੂ, ਹੁਣ ਕੋਈ ਚੱਲਦਾ ਫਰੋਂ ਟਾਈਮ ਯਾਰ ਬਸ।